ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਕੁਝ ਖਾਸ ਅਤੇ ਵੱਡੀਆਂ ਅਪਡੇਟਸ ਕਵਰ ਕਰਾਂਗੇ। ਗੱਲਬਾਤ ਕੋਰ ਵਾਲਾ ਮਾਨ, ਸਨੀ ਮਾਲਟਨ, ਦ ਕਿੱਡ, ਏ ਪੀ ਢਿੱਲੋਂ, ਸਿੱਧੂ ਮੂਸੇਵਾਲਾ ਬਾਈ, ਸਲਮਾਨ ਖਾਨ ਅਤੇ ਸੰਜੇ ਦੱਤ ਉਹਨਾਂ ਦੀ ਕਰਾਂਗੇ। ਫਸਟ ਆਫ ਆਲ ਗੱਲਬਾਤ ਕੋਰ ਵਾਲੇ ਮਾਨ ਉਹਨਾਂ ਦੀ ਕਰ ਲੈਂਦੇ ਹਾਂ। ਉਹਨਾਂ ਦੀ ਐਲਬਮ ਰਿਲੀਜ਼ ਹੋਏਗੀ ਮੁੰਡਾ ਮਾਨਾ ਦਾ ਟਾਈਟਲ ਦੇ ਨਾਲ। ਉਹਨਾਂ ਨੇ ਇਸ ਦੇ ਬਾਰੇ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਸੀ। ਇਹਦੇ ਨਾਲ ਹੀ ਮਿਊਜ਼ਿਕ ਪ੍ਰੋਡਿਊਸਰ ਦ ਕਿੱਡ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਮਿਊਜ਼ਿਕ ਪ੍ਰੋਡਕਸ਼ਨ ਦੇ ਵਿੱਚ ਸਭ ਤੋਂ ਵੱਧ ਦੁਨੀਆ ਦੇ ਵਿੱਚ ਯੂਜ਼ ਕੀਤਾ ਜਾਣ ਵਾਲਾ ਸੋਫਟਵੇਅਰ ਹੈਗਾ FL ਸਟੂਡੀਓ, ਅਤੇ FL ਸਟੂਡੀਓ ਨੇ ਦ ਕਿੱਡ ਨੂੰ ਆਪਣੀ ਪਾਵਰ ਯੂਜ਼ਡ ਆਰਟਿਸਟ ਦੇ ਲਿਸਟ ਦੇ ਵਿੱਚ ਫੀਚਰ ਕੀਤਾ ਹੈ। ਉਹਨਾਂ ਨੇ ਇਸ ਦੇ ਬਾਰੇ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਸੀ ਅਤੇ ਦ ਕਿੱਡ ਪਹਿਲਾ ਸਿੱਖ ਆਰਟਿਸਟ ਹੈ ਜਿਨ੍ਹਾਂ ਨੂੰ ਕਿ FL ਸਟੂਡੀਓ ਨੇ ਇਹ ਲਿਸਟ ਦੇ ਵਿੱਚ ਫੀਚਰ ਕੀਤਾ ਹੈ। ਇਸ ਦੇ ਬਾਰੇ ਨਵਾਨ ਸੰਧੂ ਨੇ ਵੀ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ। ਉਹਨਾਂ ਨੇ ਦ ਕਿੱਡ ਨੂੰ ਟੈਗ ਕੀਤਾ ਅਤੇ ਨਾਲ ਹੀ ਉਹ ਜਿਹੜੀ ਫੋਟੋ ਸ਼ੇਅਰ ਕੀਤੀ ਸੀ ਉਸਦੇ ਵਿੱਚ ਬਾਈ ਸਿੱਧੂ ਦੀ ਵੀ ਫੋਟੋ ਸੀ, ਨਾਲ ਹੀ ਉਹਨਾਂ ਨੇ ਲਿਖਿਆ #, ਜਸਟਿਸ ਫੋਰ ਸਿੱਧੂ ਮੂਸੇਵਾਲਾ। ਜਾਣਕਾਰੀ ਲਈ ਦੱਸ ਦਈਏ ਕਿ ਦ ਕਿੱਡ ਦੇ ਵੱਲੋਂ ਸਿੱਧੂ ਮੂਸੇਵਾਲੇ ਬਾਈ ਦੇ ਮੋਸਟਲੀ ਗਾਣਿਆਂ ਦਾ ਮਿਊਜ਼ਿਕ ਜਿਹੜਾ ਉਹ ਕੀਤਾ ਗਿਆ ਸੀ। ਅੱਗੇ ਵੱਧਦੇ ਦੋਸਤੋ ਦੀ ਗੱਲਬਾਤ ਏ ਪੀ ਢਿੱਲੋਂ ਹੋਣਾ ਦੀ ਕਰ ਲੈਂਦੇ ਹਾਂ। ਏ ਪੀ ਢਿੱਲੋਂ ਹੋਣਾ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਏ ਪੀ ਢਿੱਲੋਂ ਹੋਣਾ ਦਾ ਵੱਡਾ ਟਰੈਕ ਰਿਲੀਜ਼ ਹੋ ਚੁੱਕਿਆ ਹੈ ਅੱਜ ਓਲਡ ਮਨੀ ਟਾਈਟਲ ਦੇ ਨਾਲ। ਇਸ ਗਾਣੇ ਦੀ ਵੀਡੀਓ ਦੇ ਵਿੱਚ ਸੰਜੇ ਦੱਤ ਅਤੇ ਸਲਮਾਨ ਖਾਨ ਦੇ ਵੱਲੋਂ ਫੀਚਰ ਕੀਤਾ ਗਿਆ ਹੈ। ਏ ਪੀ ਢਿੱਲੋਂ ਦੇ ਵੱਲੋਂ ਇਸ ਦੇ ਬਾਰੇ ਇੱਕ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਗਈ ਸੀ। ਸੰਜੇ ਦੱਤ ਹੋਣਾ ਦੇ ਨਾਲ ਉਹਨਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਸੀ ਅਤੇ ਬਾਈ ਸਿੱਧੂ ਮੂਸੇਵਾਲੇ ਬਾਈ ਦਾ ਗਾਣਾ ਲਾਇਆ ਹੋਇਆ ਸੀ। ਉਹਨਾਂ ਨੇ ਸੰਜੂ ਜਾਣਕਾਰੀ ਲਈ ਦੱਸ ਦਈਏ ਕਿ ਕਰੋਨਾ ਟਾਈਮ ਦੇ ਦੌਰਾਨ ਬਾਈ ਸਿੱਧੂ ਮੂਸੇਵਾਲੇ ਦੇ ਉੱਤੇ ਆਰਮਸ ਐਕਟ ਦੇ ਅਧੀਨ ਮਾਮਲਾ ਦਰਜ ਹੋਇਆ ਸੀ। ਉਦੋਂ ਬਾਈ ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਸੰਜੂ ਗਾਣਾ ਰਿਲੀਜ਼ ਕੀਤਾ ਗਿਆ ਸੀ। ਬਕਾਇਦਾ ਸੰਜੂ ਗਾਣੇ ਦੀ ਵੀਡੀਓ ਵੀ ਰਿਲੀਜ਼ ਕੀਤੀ ਜਾਣੀ ਸੀ, ਪਰ ਇਸ ਗਾਣੇ ਦੀ ਇਕੱਲੀ ਆਡੀਓ ਹੀ ਰਿਲੀਜ਼ ਕੀਤੀ ਗਈ ਸੀ ਵਿਜੂਅਲਸ ਦੇ ਨਾਲ। ਅਤੇ ਏ ਪੀ ਢਿੱਲੋਂ ਹੋਣਾ ਦੇ ਵੱਲੋਂ ਸੰਜੇ ਦੱਤ ਉਹਨਾਂ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਇਹ ਗਾਣਾ ਸ਼ੇਅਰ ਕਰਨਾ ਕਿਤੇ ਨਾ ਕਿਤੇ ਕਾਫੀ ਵੱਡੀ ਗੱਲ ਹੈ। ਉਦੋਂ ਇਹ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਸੰਜੇ ਦੱਤ ਦੀ ਟੀਮ ਉਹਨਾਂ ਦੇ ਨਾਲ ਸਿੱਧੂ ਦੀ ਟੀਮ ਵੱਲੋਂ ਗੱਲਬਾਤ ਸ਼ੇਅਰ ਕੀਤੀ ਗਈ ਸੀ ਅਤੇ ਹੋ ਸਕਦਾ ਸੀ ਕਿ ਸੰਜੇ ਦੱਤ ਵੀ ਇਸ ਗਾਣੇ ਦੀ ਮਿਊਜ਼ਿਕ ਵੀਡੀਓ ਦੇ ਵਿੱਚ ਫੀਚਰ ਕਰਦੇ। ਅਤੇ ਜਦੋਂ ਗਾਣੇ ਦੀ ਵਿਜੂਅਲਸ ਵਾਲੀ ਵੀਡੀਓ ਰਿਲੀਜ਼ ਕੀਤੀ ਗਈ ਸੀ ਤਾਂ ਸੰਜੇ ਦੱਤ ਦੀ ਟੀਮ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਹੋਰ ਫੋਟੋਆਂ ਵੀ ਸੰਜੇ ਦੱਤ ਦੀਆਂ ਯੂਜ਼ ਕੀਤੀਆਂ ਜਾਣੀਆਂ ਚਾਹੀਦੀਆਂ ਸੀ। ਬਾਕੀ ਦੋਸਤੋ, ਤੁਹਾਨੂੰ ਕੀ ਲੱਗਦਾ ਹੈ ਇਸ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ। ਮਿਊਜ਼ਿਕ ਇੰਡਸਟਰੀ ਦੀਆਂ ਡੇਲੀ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ।